ਪਹਿਲਾਂ ਕਹਿੰਦੀ ਮੈਂ ਹਫ਼ਤੇ ਲਈ ਆਈ ਹਾਂ, ਚੱਲ ਉਹ ਵੀ ਠੀਕ ਸੀ। ਫਿਰ ਕਹਿੰਦੀ ਮੈਂ 15 ਦਿਨ ਹੋਰ ਰਹਿਣਾ, ਚੱਲ ਉਹ ਵੀ ਠੀਕ ਸੀ। ਪਰ ਹੁਣ ਹੁਣ ਤਾਂ ਹੱਦ ਹੀ ਕਰਤੀ ਕਿ ਹੁਣ ਇਹ ਸਾਰੀ ਜ਼ਿੰਦਗੀ ਉਰੀ ਬੈਠੀ ਰਹੂਗੀ। ਭਾਬੀ ਖੁਸ਼ੀ ਚਾਹ 'ਚ ਨਮਕ ਕੌਣ ਪਾਉਂਦਾ ਹੈ? ਉਹ ਵੀ ਇੰਨਾ ਜ਼ਿਆਦਾ ਸਟ੍ਰੈਸ ਲੈਣਾ, ਕਿਤੇ ਮੈਂ ਪਾਗਲ ਤਾਂ ਨਹੀਂ ਹੋ ਰਹੀ? ਦੇਖਿਆ ਖੁਸ਼ੀ, ਮੈਂ ਕਿਹਾ ਸੀ ਨਾ ਵੀ ਸ਼ਾਇਦ ਤੂੰ ਨਾ ਸਾਂਭਦੇ ਹੋਣ ਆਪਣੇ ਪਰਸ 'ਚ। ਮੈਂ ਪੈਸੇ ਚੱਕ ਕੇ ਪਰਸ 'ਚ ਪਾ ਲਏ ਸੀ। ਮੈਂ ਕਦੋਂ ਪੈਸੇ ਚੱਕ ਕੇ ਪਰਸ 'ਚ ਪਾਏ? ਹੁਣ ਇਹ ਸਾਰੇ ਕੀ ਸੋਚਣਗੇ ਵੀ ਮੈਂ ਚੋਰੀ ਕੀਤੀ ਹੈ? ਮੈਂ ਤਾਂ ਦਿਨੋ ਦਿਨ ਪਾਗਲ ਹੋਈ ਜਾ ਰਹੀ ਹਾਂ। ਮੈਂ ਇਹਨਾਂ ਦੇ ਨਾਲ ਰਹਿਣ ਦੇ ਲਾਇਕ ਨਹੀਂ ਗੀ। ਮੈਨੂੰ ਹੁਣ ਇੱਥੋਂ ਚਲੇ ਹੀ ਜਾਣਾ ਚਾਹੀਦਾ। ਦੂਰ ਹੋ ਗਏ ਉਹ ਸੱਜਣਾ, ਖੁਸ਼ੀ 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 ਕਿੱਥੇ ਗਈ? ਮੰਮਾ ਪਤਾ ਨਹੀਂ, ਇੱਥੇ ਹੋਣੀ। ਇੱਥੇ ਹੋਣੀ? ਮੈਂ ਤਾਂ ਸਾਰਾ ਘਰ ਛਾਣ ਮਾਰਿਆ, ਮੈਨੂੰ ਤਾਂ ਕਿਤੇ ਦਿਖੀ ਨਹੀਂ। ਤੂੰ ਇੱਕ ਕੰਮ ਕਰ, ਬਾਬਲ ਨੂੰ ਫੋਨ ਕਰਕੇ ਪੁੱਛ, ਕੀ ਪਤਾ ਉਹਨੂੰ ਪਤਾ ਹੋਵੇ। ਚਲੋ ਠੀਕ ਹੈ ਮੰਮੀ। ਹੁਣ ਇਹ ਪਾਗਲ ਜੀ ਕਿੱਥੇ ਚਲੇਗੀ? ਹਾਂ ਕੁੜੀਏ, ਕਰਿਆ ਫੋਨ ਬਬਲ ਨੂੰ। ਮੰਮੀ ਕਰਨ ਨਹੀਂ ਲੱਗੀ ਸੀ ਫੋਨ, ਨਾਲੇ ਤੁਸੀਂ ਟੈਨਸ਼ਨ ਨਾ ਲਓ। ਤੁਹਾਨੂੰ ਪਤਾ ਤਾਂ ਹੈ ਵੀ ਖੁਸ਼ੀ ਅੱਗੇ ਵੀ ਕਈ ਵਾਰੀ ਬਿਨਾਂ ਦੱਸੇ ਮਾਰਕੀਟ ਚਲੇ ਜਾਂਦੀ ਹੈ, ਅਤੇ ਕੀ ਪਤਾ ਅੱਜ ਵੀ ਚਲੇਗੀ ਹੋਵੇ। ਹਾਂ ਉਹ ਤਾਂ ਚਲੀ ਤਾਂ ਜਾਂਦੀ ਆ ਉਹ। ਚੱਲ ਤੂੰ ਇੱਕ ਕੰਮ ਕਰ, ਬਾਬਲ ਨੂੰ ਫੋਨ ਰਹਿਣ ਦੇ, ਤੂੰ ਖੁਸ਼ੀ ਨੂੰ ਫੋਨ ਕਰਕੇ ਦੇਖ, ਉਹਨੂੰ ਪੁੱਛ ਵੀ ਉਹ ਕਿੱਥੇ ਹੈਗੀ। ਲੈ ਫੋਨ ਤਾਂ ਉਹਦਾ ਆ ਪਿਆ, ਹੁਣ ਤਾਂ ਮੈਨੂੰ ਹੋਰ ਵੀ ਟੈਨਸ਼ਨ ਹੋ ਰਹੀ ਹੈ। ਤੁਸੀਂ ਟੈਨਸ਼ਨ ਨਾ ਲਓ ਮੰਮੀ, ਕੀ ਪਤਾ ਉਹ ਕਾਹਲੀ ਕਾਹਲੀ 'ਚ ਆਪਣਾ ਫੋਨ ਘਰੇ ਭੁੱਲ ਗਈ ਹੋਵੇ। ਤੁਸੀਂ ਕੰਮ ਕਰੋ ਮੰਮੀ, ਤੁਸੀਂ ਰੋਟੀ ਖਾ ਲਓ, ਫਿਰ ਆਪਾਂ ਕਰਦੇ ਹਾਂ ਕੁਛ। ਲੈ ਤੂੰ ਰੋਟੀ ਦੀਆਂ ਗੱਲਾਂ ਕਰ ਰਹੀ ਹੈ, ਮੇਰੇ ਤਾਂ ਪਾਣੀ ਦੀ ਘੁੱਟ ਨਹੀਂ ਲੰਘਦੀ ਜਿੰਨਾ ਚਿਰ ਮੇਰੀ ਕੁੜੀ ਨਹੀਂ ਲੱਭਦੀ। ਤੂੰ ਹੁਣੇ ਫੋਨ ਕਰ ਬਾਬਨ ਨੂੰ, ਜਿੱਥੇ ਵੀ ਹੈਗਾ ਉਹਨੂੰ ਕਹਿ ਛੇਤੀ ਘਰੇ ਆ ਜਾ। ਘਰੋਂ ਫੋਨ। ਹੈਲੋ। ਹਾਂਜੀ ਕਿੱਥੇ ਹੋ? ਮੈਂ ਪਟਿਆਲੇ। ਅੱਛਾ ਇੱਕ ਗੱਲ ਦੱਸੋ ਮੈਨੂੰ, ਖੁਸ਼ੀ ਤੁਹਾਡੇ ਨਾਲ ਹੈ? ਨਹੀਂ ਮੇਰੇ ਨਾਲ ਨਹੀਂ ਹੈਗੀ। ਅੱਛਾ ਫਿਰ ਤੁਹਾਨੂੰ ਕੁਛ ਦੱਸ ਕੇ ਗਈ ਹੈ? ਉਹ ਵੀ ਕਿੱਥੇ ਗਈ ਆ? ਨਹੀਂ ਕਿਉਂ, ਕੀ ਹੋ ਗਿਆ? ਤੁਸੀਂ ਛੇਤੀ ਘਰੇ ਆਓ। ਉਹ ਤੂੰ ਗੱਲ ਤਾਂ ਦੱਸ ਕੀ ਹੋ। ਹੈਲੋ ਫੋਨ ਹੀ ਕੱਟਦਾ ਲੈ। ਕੀ ਕਹਿੰਦਾ ਪੁੱਤ ਬਾਬਨ? ਉਹ ਘਰੇ ਆ ਰਹੇ ਨੇ ਮੰਮੀ। ਹਾਂ ਮੰਮੀ ਕੀ ਹੋ ਗਿਆ? ਤੁਸੀਂ ਇੱਕਦਮ ਫੋਨ ਕਰਕੇ ਡਰਾ ਦਿੱਤਾ ਮੈਨੂੰ। ਪੁੱਤ ਡਰਨ ਵਾਲੀ ਉਹ ਗੱਲ ਹੈ, ਖੁਸ਼ੀ ਲੱਭ ਨਹੀਂ ਰਹੀ ਕਿਤੇ ਸਵੇਰ ਦੀ। ਲੱਭ ਨਹੀਂ ਰਹੀ?
ਤੁਸੀਂ ਖੁਸ਼ੀ ਨੂੰ ਫੋਨ ਕਰਕੇ ਦੇਖਿਆ? ਹਾਂ ਪੁੱਤ, ਫੋਨ ਤਾਂ ਸਾਰੇ ਕਿਤੇ ਕਰ ਲਿਆ, ਖੁਸ਼ੀ ਦਾ ਫੋਨ ਤਾਂ ਘਰੇ ਪਿਆ ਹੈਗਾ ਤੇ ਉਹਦੇ ਸਹੇਲੀਆਂ ਕਹਿੰਦੇ ਸਾਡੇ ਕੋਲ ਤਾਂ ਆਈ ਨਹੀਂ। ਆਪਾਂ ਤਾਂ ਪੁੱਤ ਜੰਮੀ ਪੱਟੇ ਗਏ, ਹੁਣ ਉਹਦੇ ਸਹੁਰਿਆਂ ਨੂੰ ਕੀ ਜਵਾਬ ਦੇਵਾਂਗੇ? ਲੈ ਸਹੁਰਿਆਂ ਨੂੰ ਕੀ ਜਵਾਬ ਦੇਣਾ, ਕੀ ਪਤਾ ਉੱਥੇ ਚਲੀ ਗਈ ਹੋਵੇ, ਤੁਸੀਂ ਫੋਨ ਕਰਕੇ ਪੁੱਛਿਆ? ਨਾ ਪੁੱਤ, ਅਸੀਂ ਤਾਂ ਫੋਨ ਕਰਿਆ ਨਹੀਂ, ਸਾਨੂੰ ਤਾਂ ਐਂ ਤੇ ਵੀ ਉਰੀ ਹੋਣੀ ਲੱਭ ਜੂਗੀ ਵੀ ਉਹਨਾਂ ਨੂੰ ਕਾਹਨੂੰ ਦੱਸਣਾ ਹੈਗਾ। ਤੂੰ ਕਰਕੇ ਦੇਖ ਫੋਨ ਉਹਨਾਂ ਨੂੰ, ਹੁਣ ਤਾਂ ਸ਼ਾਮ ਹੋ ਗਈ। ਲਓ ਮੰਮੀ ਤੁਸੀਂ ਗੱਲ ਕਰ ਲਓ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ। ਪੁੱਤ ਮੇਰੀ ਗੱਲ ਸੁਣ, ਖੁਸ਼ੀ ਤੁਹਾਡੇ ਕੋਲ ਆ ਗਈ? ਨਹੀਂ ਜੀ, ਉਰੇ ਤਾਂ ਨਹੀਂ ਆਈ ਹੈਗੀ, ਕਿਉਂ ਕੀ ਹੋ ਗਿਆ? ਹੋਇਆ ਤਾਂ ਕੁਛ ਨਹੀਂ ਪੁੱਤ, ਮੈਨੂੰ ਲੱਗਦਾ ਉਹ ਫਿਰ ਬਾਜ਼ਾਰ ਚਲੀ ਗਈ ਹੋਣੀ, ਸਾਨੂੰ ਲੱਗਿਆ ਕਿਤੇ ਉਹ ਤੁਹਾਡੇ ਕੋਲ ਆ ਗਈ ਹੋਣੀ। ਹਾਂਜੀ, ਨਾਲੇ ਮੇਰੀ ਗੱਲ ਸੁਣੋ, ਹਜੇ ਤੱਕ ਤਾਂ ਆਈ ਨਹੀਂ ਉਰੇ, ਜੇ ਆ ਵੀ ਗਈ ਬਾਈ ਚਾਂਸ ਤਾਂ ਹੁਣ ਅਸੀਂ ਰੱਖਣੀ ਨਹੀਂ ਉਹ। ਕੀ ਗੱਲ ਮੰਮੀ, ਕੀ ਕਹਿੰਦਾ ਪ੍ਰਾਹੁਣਾ? ਕੁਛ ਨਹੀਂ ਪੁੱਤ, ਉਹ ਕਹਿੰਦਾ ਉਰੇ ਤਾਂ ਆਈ ਨਹੀਂ। ਉਰੇ ਹੈ ਨਹੀਂ, ਉੱਥੇ ਪਹੁੰਚੀ ਨਹੀਂ, ਤਾਂ ਫਿਰ ਖੁਸ਼ੀ ਗਈ ਤਾਂ ਗਈ ਕਿੱਥੇ? ਪੁੱਤ ਸੱਚ ਦੱਸਾਂ ਤੈਨੂੰ, ਮੇਰੇ ਤਾਂ ਜੀ ਬਹੁਤ ਘਬਰਾ ਰਿਹਾ ਹੈਗਾ, ਆਪਾਂ ਨੂੰ ਪੁਲਿਸ ਕੰਪਲੇਂਟ ਕਰਨੀ ਚਾਹੀਦੀ ਹੈ। ਜੇ ਇਹਨਾਂ ਨੇ ਪੁਲਿਸ ਕੇਸ ਕਰਤਾ ਫਿਰ ਤਾਂ ਮੈਂ ਵੀ ਫਸ ਜੂ। ਨਹੀਂ ਨਹੀਂ ਮੰਮੀ ਜੀ, ਪੁਲਿਸ ਕੇਸ ਕਾਹਤੋਂ, ਆਪਾਂ ਨੂੰ ਨਾ ਥੋੜ੍ਹਾ ਜਿਹਾ ਹੋਰ ਲੱਭਣਾ ਚਾਹੀਦਾ। ਜਾਓ ਪਵਨ, ਤੁਸੀਂ ਸਾਰੇ ਕਿਤੇ ਲੱਭ ਕੇ ਆਓ, ਬੱਸ ਸਟੈਂਡ, ਰੇਲਵੇ ਸਟੇਸ਼ਨ, ਆਸੇ ਪਾਸੇ ਸਾਰੇ ਕਿਤੇ ਲੱਭ ਕੇ ਆਓ। ਚੱਲ ਠੀਕ ਹੈ, ਮੰਮੀ ਨੂੰ ਤੂੰ ਪਾਣੀ ਪੂਣੀ ਪਿਲਾ ਆਉਂਦੇ, ਨਾਲੇ ਮੰਮੀ ਤੁਸੀਂ ਟੈਂਸ਼ਨ ਨਾ ਲਓ, ਮੈਂ ਲੱਭ ਕੇ ਲਿਆਉਣਾ। ਇਹ ਤਾਂ ਮੈਨੂੰ ਬਵਨ ਲੱਗ ਰਿਹਾ, ਇਹ ਕੀ ਕਰ ਰਿਹਾ ਉਰੇ? ਪੁੱਛ ਲੈ ਇਹਨੂੰ ਮੈਂ। ਕੀ ਹਾਲ ਹੈ ਬਵਨ? ਠੀਕ ਹਾਂ ਠੀਕ ਹਾਂ, ਤੂੰ ਦੱਸ ਤੂੰ ਕੀ ਕਰਦਾ ਉਰੇ? ਉਹ ਯਾਰ ਕੁਝ ਨਹੀਂ, ਮੈਂ ਤਾਂ ਵੈਸੇ ਘੁੰਮਣ ਆਇਆ ਸੀ। ਅੱਛਾ ਅੱਛਾ, ਉਹ ਨਾਲੇ ਤੈਨੂੰ ਅੱਜ ਸਵੇਰ ਵਾਲੀ ਗੱਲ ਪਤਾ ਲੱਗੀ? ਅੱਜ ਸਵੇਰ ਵਾਲੀ? ਅੱਜ ਸਵੇਰ ਵਾਲੀ ਕਿਹੜੀ ਗੱਲ? ਪਤਾ ਅੱਜ ਸਵੇਰੇ ਕਿਸੇ ਕੁੜੀ ਨੇ ਨਾ ਉਰਦੀ ਛਾਲ ਮਾਰ ਕੇ ਸੁਸਾਈਡ ਕਰ ਲਿਆ। ਪਤਾ ਲੱਗਿਆ ਵੀ ਕੌਣ ਸੀ? ਨਹੀਂ ਹਲੇ ਤੱਕ ਪਛਾਣ ਤਾਂ ਨਹੀਂ ਹੋਈ, ਪਰ ਲਾਸ਼ ਜ਼ਰੂਰ ਮਿਲ ਗਈ ਸੀ, ਉਹ ਅੱਗੇ ਝਾਲ 'ਚ ਫਸ ਗਈ ਸੀ। ਫਿਰ ਹੁਣ ਲਾਸ਼ ਕਿੱਥੇ ਹੈ? ਲਾਸ਼ ਤਾਂ ਪੁਲਿਸ ਵਾਲੇ ਉਦੋਂ ਹੀ ਲੈ ਗਏ ਸੀ ਯਾਰ। ਤੈਨੂੰ ਪੱਕਾ ਪਤਾ ਵੀ ਸੁਸਾਈਡ ਉਰੀ ਹੋਈ ਸੀ? ਹਾਂ ਹਾਂ, ਉਰੇ ਇੱਕ ਦੋ ਬੰਦਿਆਂ ਨੇ ਦੇਖਿਆ ਵੀ ਹੈ ਉਰੇ। Thank you.
ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਛੜੀ ਘੁਮਾ ਕੇ ਪਿੱਛੇ ਤੱਕਿਆ ਦੱਸੋ ਤਾਂ ਸਹੀ ਕੀ ਹੋਇਆ, ਤੁਸੀਂ ਕੁਛ ਬੋਲਦੇ ਕਿਉਂ ਨਹੀਂ? ਖੁਸ਼ੀ ਨੇ ਨਹਿਰ 'ਚ ਛਾਲ ਮਾਰਤੀ। ਹੈ ਇੰਜ ਤਾਂ ਕੋਈ ਖੇਡ ਕੇ ਖਿਡੌਣਿਆਂ ਨੂੰ ਸੁੱਟਦਾ ਨਾ, ਜਿਵੇਂ ਮੈਨੂੰ ਸੁੱਟ ਗਿਆ ਜ਼ਿੰਦਗੀ ਚੋਂ ਤੂੰ ਕੱਢ ਕੇ। ਇਹਦੇ ਨਾਲੋਂ ਚੰਗਾ ਇੱਕ ਵਾਰੀ ਮਾਰ। ਨਹੀਂ ਪੁੱਤ, ਤੈਨੂੰ ਕਿਹਨੇ ਕਿਹਾ? ਨਹੀਂ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਮੰਮੀ, ਮੰਮੀ, ਮੰਮਾ, ਮੰਮਾ। ਖੁਸ਼ੀ ਮੇਰੀ ਵਜ੍ਹਾ ਕਰਕੇ ਹੀ ਮਰੀ ਆ। ਮੈਨੂੰ ਮੰਮੀ ਉਹਨਾਂ ਨੂੰ ਦੱਸਣਾ ਹੀ ਪੈਣਾ। ਮੈਂ ਸਾਰੀ ਜ਼ਿੰਦਗੀ ਇਸ ਬੋਝ ਨਾਲ ਨਹੀਂ ਜੀ ਸਕਦੀ। ਹਾਂ ਬਵਨ, ਮੰਮੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਖੁਸ਼ੀ ਨੂੰ ਕੁਛ ਐਸੀਆਂ ਗੱਲਾਂ ਕਹਿਤੀਆਂ ਜਿਸ ਕਰਕੇ ਉਸਨੂੰ ਲੱਗਣ ਲੱਗ ਗਿਆ ਕਿ ਉਹ ਪਾਗਲ ਹੈ। ਸ਼ਾਇਦ ਇਸੇ ਕਰਕੇ ਉਹ ਡਿਪਰੈਸ਼ਨ 'ਚ ਆ ਕੇ ਉਸਨੇ ਸੁਸਾਈਡ ਕਰ ਲਿਆ। ਪਲੀਜ਼ ਮੈਨੂੰ ਮਾਫ਼ ਕਰ ਦਿਓ, ਪਲੀਜ਼। ਤੂੰ ਕੀ ਕਹਿ ਰਹੀ ਹੈ? ਮੈਨੂੰ ਮਾਫ਼ ਕਰ ਦਿਓ, ਐਡੀ ਵੱਡੀ ਗਲਤੀ ਕਰਨ ਤੋਂ ਬਾਅਦ ਵੀ ਤੂੰ ਇਹ ਕਹਿ ਰਹੀ ਮੈਨੂੰ ਮਾਫ਼ ਕਰ ਦਿਓ? ਇੰਨੀ ਹਿੰਮਤ ਕਿੱਥੋਂ ਆ ਗਈ ਤੇਰੇ 'ਚ? ਔਰ ਤੈਨੂੰ ਇੱਕ ਗੱਲ ਪਤਾ, ਤੂੰ ਇੱਕ ਹੱਸਦਾ ਵੱਸਦਾ ਘਰ ਉਜਾੜਤਾ, ਔਰ ਤੂੰ ਕੋਈ ਛੋਟੀ ਗਲਤੀ ਨਹੀਂ ਕੀਤੀ। ਮੇਰੀ ਜਗ੍ਹਾ ਦੁਨੀਆਂ ਦਾ ਕੋਈ ਵੀ ਹੁੰਦਾ ਨਾ, ਤੈਨੂੰ ਮਾਫ਼ ਨਾ ਕਰ ਪਾਉਂਦਾ। ਇਹਦੇ ਨਾਲੋਂ ਚੰਗਾ ਇੱਕ ਵਾਰੀ ਮਾਰ ਦਿੰਦਾ ਮੈਨੂੰ ਕਿਉਂ ਕਰਦਾ। ਮੈਂ ਆਪਣੀ ਭੈਣ ਦੀ ਕਾਤਲ ਨੂੰ ਅੱਖਾਂ ਮੂਹਰੇ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ। ਅੱਜ ਤੋਂ ਤੇਰੀ ਇਸ ਘਰ 'ਚ ਕੋਈ ਜਗ੍ਹਾ ਨਹੀਂ ਆ। Thank you.
हां जी ਸਸਟੀਕਲ ਜੀ ਸਾਰਿਆਂ ਨੂੰ ਹੋਪਸ ਹੋ ਕਿ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬੈਲ ਆਈਕਨ ਵੀ ਦੱਬ ਦਿਓ ਤੇ ਇਸ ਵੀਡੀਓ ਨੂੰ ਪਿਆਰ ਦਿਓ WhatsApp ਇੰਸਟਾ ਤੇ ਸ਼ੇਅਰ ਕਰਕੇ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਇੱਕ ਚਲੋ ਹੁਣ ਇਸ ਵੀਡੀਓ ਨੂੰ ਐਂਜੋਏ ਕਰੋ ਤੇ ਪਿਆਰ ਦਿਓ ਮਿਲਦੇ ਆਪਾਂ ਅਗਲੇ ਮੰਡੇ ਅਗਲੇ ਸੋਮਵਾਰ ਨਵੀਂ ਵੀਡੀਓ ਦੇ ਨਾਲ ਲਵ ਯੂ।